ਸੀ ਅਸੀਂ ਬੜੇ ਚਾਹਵਾਂ ਨਾਲ ਕੀਤਾ ਸੀ ਮੇਰਾ ਇੱਕੋ ਹੀ ਪੁੱਤਰ ਸੀ ਜੀ ਮੈਂ ਬੜੇ ਪਿਆਰ ਨਾਲ ਵਿਆਹ ਕੀਤਾ ਸੀ ਪਰ ਕੋਈ ਉਹਦਾ ਨਹੀਂ ਫਾਇਦਾ ਹੋਇਆ ਜਿਹੜੀ ਮੇਰੀ ਨੂੰਹ ਆਈ ਸੀ ਨਾ ਉਹ ਬਹੁਤ ਗਲਤ ਕੁੜੀ ਸੀ ਉਹ ਰਾਤ ਰਾਤ ਮੁੰਡਿਆਂ ਨਾਲ ਗੱਲਾਂ ਕਰਦੀ ਸੀ ਤੀਸਰੇ ਦਿਨ ਤੋਂ ਬਾਅਦ ਹੀ ਜੀ ਸਾਡੇ ਨਾਲ ਮੇਰੇ ਨਾਲ ਮੈਰਿਜ ਕੀਤੀ ਇਹ ਨਾ ਮੁੰਡਿਆਂ ਨਾਲ ਗੱਲਾਂ ਕਰਦੀ ਸੀ ਅਸੀਂ ਘਰਦਿਆਂ ਨੇ ਕਿਹਾ ਵੀ ਤੂੰ ਐਵੇਂ ਤੂੰ ਕਿਉਂ ਗੱਲਾਂ ਕਰਦੀ ਆ ਵੀ ਤਾਂ ਚੰਗਾ ਨਹੀਂ ਲੱਗਦਾ ਹੈਗਾ ਤੇ ਇਹਦੇ ਮਾਪਿਓ ਆਏ ਤੇ ਇਹਦੇ ਮਾਪਿਓ ਆ ਕੇ ਕਹਿੰਦੇ ਸਾਡੀ ਕੁੜੀ ਤਾਂ ਐਵੇਂ ਹੀ ਗੱਲਾਂ ਕਰੂਗੀ ਅਸੀਂ ਇਹਦੇ ਘਰਦਿਆਂ ਨੂੰ ਸ਼ਿਕਾਇਤ ਕੀਤੀ ਵੀ ਇਹ ਕੁੜੀ ਤੁਹਾਡੀ ਗਲਤ ਕੰਮ ਕਰਦੀ ਆ ਕਹਿੰਦੇ ਕੋਈ ਨਹੀਂ ਸਾਡੀ ਕੁੜੀ ਤਾਂ ਕਰੂਗੀ ਕਰੂਗੀ ਜੋ ਕਰਨਾ ਕਰ ਲੋ ਚਲੋ ਜੀ ਇਹ ਧਮਕੀਆਂ ਦੇਣ ਲੱਪੇ ਵੀ ਅਸੀਂ ਭਾਵੇਂ ਇਹ ਇਹਦਾ ਭਰਾ ਕਹਿੰਦਾ ਵੀ ਆਪਣੇ ਕੱਪੜੇ ਫਾੜ ਕੇ ਨਾ ਤੂੰ ਬਾਹਰ ਗਲੀ ਦੇ ਵਿੱਚ ਆਇਆ ਅਸੀਂ ਡਰ ਗਏ ਫਿਰ ਇਹਦੇ ਨਾਲ ਹੀ सतपाल है फैसला करो इतने कोर्ट केस लाया मेरा नाम तरुण दत्त है जी राजा नाम राजा कहते हैं मैनू जी मेरे 29 जून में मेरी मैरिज हुई सी 29 जून 2020 इस कुड़ी के नाल शिल्पा धमीजा के नाल जी एक कुड़ी एक ये सारी फैमिली फ्रॉड करती है जी ये फादर का नाम है मिंटू धमीजा ये भरा का नाम है गौरव धमीजा यदि माता का नाम है अनीता धमीजा यह जी धोखे तो इन्ह ने मेरे ना व्याह किया जी एक कुड़ी नूं 3 दिन ही हुए जी साडे नाल मेरे नाल मैरिज कीते इह ना मुंडिया नाल गल्लां करदी सी असीं घरदिआं ने कहा भी तूं एवें तूं क्यों गल्लां करदी आ भी तां चंगा नहीं लगता हैगा ਤੇ ਇਹਦੇ ਮਾਂ ਪਿਓ ਆਏ ਤੇ ਇਹਦੇ ਮਾਂ ਪਿਓ ਆ ਕੇ ਕਹਿੰਦੇ ਸਾਡੀ ਕੁੜੀ ਤਾਂ ਜੀ ਐਵੇਂ ਗੱਲਾਂ ਕਰੂਗੀ ਅਸੀਂ ਇਹਦੇ ਘਰਦਿਆਂ ਨੂੰ ਸ਼ਿਕਾਇਤ ਕੀਤੀ ਵੀ ਇਹ ਕੁੜੀ ਤੁਹਾਡੀ ਗਲਤ ਕੰਮ ਕਰਦੀ ਆ ਕਹਿੰਦੇ ਕੋਈ ਨਹੀਂ ਸਾਡੀ ਕੁੜੀ ਤਾਂ ਕਰੂਗੀ ਕਰੂਗੀ ਜੋ ਕਰਨਾ ਕਰ ਲਓ ਚਲੋ ਜੀ ਇਹ ਧਮਕੀਆਂ ਦੇਣ ਲੱਪੇ ਵੀ ਅਸੀਂ ਤੈਨੂੰ ਆਹ ਮਾਰ ਦਾਂਗੇ ਤੇਰੇ ਘਰਦਿਆਂ ਨੂੰ ਅਸੀਂ ਟੋਰਚਰ ਕਰਾਂਗੇ ਤੇਰੇ ਘਰਦਿਆਂ ਦੇ ਝੂਠੇ ਕੇਸ ਲਾ ਦਾਂਗੇ ਝੂਠੇ ਇਲਜ਼ਾਮ ਲਾ ਦਾਂਗੇ ਚਲੋ ਜੀ ਅਸੀਂ ਡਰਦੇ ਹੌਲੀ ਹੌਲੀ ਚੱਲੀ ਗਿਆ ਜੀ ਹੌਲੀ ਹੌਲੀ 22 ਅਗਸਤ ਨੂੰ ਕੀ ਹੋਇਆ ਜੀ ਇਹਦੇ ਘਰ ਦੇ ਆਏ ਇਹ ਆ ਕੇ ਜੀ ਸਾਡੇ ਗੇਟ ਭੰਨਣ ਲੱਗ ਪਏ ਜੀ ਮੈਨੂੰ ਕਹਿੰਦੇ ਵੀ ਤੈਨੂੰ ਅੱਜ ਤੈਨੂੰ ਮਾਰ ਦਾਂਗੇ ਮੈਂ ਆਪਣਾ ਘਰ ਛੱਡ ਕੇ ਮੈਂ ਮੇਰੀ ਮੰਮੀ ਤੇ ਮੇਰੇ ਫਾਦਰ ਸਾਹਿਬ ਅਸੀਂ ਘਰ ਛੱਡ ਕੇ ਇੱਥੋਂ ਚੱਲ ਗਏ ਮੇਰੀ ਭੈਣ ਇਕੱਲੀ ਸਾਰੀ ਰਾਤ ਬੰਦ ਰਹੀ ਇਸ ਘਰ ਦੇ ਵਿੱਚ ਪੁਲਿਸ ਆਉਂਦੀ ਸੀ ਸਾਰੇ ਆਉਂਦੇ ਸੀ ਗੇਟ ਭੰਨਦੇ ਸੀਗੇ ਕਹਿੰਦੇ ਗੇਟ ਤੋੜ ਕੇ ਅੰਦਰ ਵੜ ਜਾਓ ਇਹਨਾਂ ਨੂੰ ਘਰੋਂ ਕੱਢੋ ਬਾਹਰ ਅਸੀਂ ਨਹੀਂ ਸੀਗੇ ਅਸੀਂ ਡਰ ਚੁੱਕੇ ਸੀ ਪੂਰੇ ਚਲੋ ਜੀ ਅਗਲੇ ਦਿਨ ਇਹਨਾਂ ਨੇ ਫੈਸਲਾ ਕੀਤਾ ਪੁਲਿਸ ਵਾਲਿਆਂ ਨੇ ਵੀ ਸਾਡੇ ਘਰ ਦੀ ਕੁੜੀ ਤੋੜ ਕੇ ਭੇਜ ਦਿੱਤੀ ਫਿਰ 28 27 28 ਦੇ ਕਰੀਬ 2 ਜੂਨ ਨੂੰ ਫੇਰ ਦੁਬਾਰਾ ਰਾਤ ਨੂੰ ਇਹ ਕੁੜੀ ਮੈਂ ਫੋਨ ਕਰਦੀ ਫੇਰ ਫੜ ਲਈ ਜੀ ਮੁੰਡਿਆਂ ਦੇ ਨਾਲ ਚਲੋ ਜੀ ਮੈਂ ਕੀਤਾ ਇਹਨੇ ਆਪਣੇ ਘਰਦਿਆਂ ਨੂੰ ਬੁਲਾ ਲਿਆ ਇਹਦੇ ਘਰਦੇ ਇਹਨਾਂ ਨੇ ਮਾਰ ਕੁਟਾਈ ਸ਼ੁਰੂ ਕਰਤੀ ਇਹਦਾ ਭਰਾ ਕਹਿੰਦਾ ਜੀ ਇਹਦਾ ਭਰਾ ਕਹਿੰਦਾ ਵੀ ਆਪਣੇ ਕੱਪੜੇ ਫਾੜ ਕੇ ਨਾ ਤੂੰ ਬਾਹਰ ਗਲੀ ਦੇ ਵਿੱਚ ਆਇਆ ਅਸੀਂ ਡਰ ਗਏ ਫਿਰ ਇਹਦੇ ਨਾਲ ਹੀ ਮੇਰੇ ਇਹਦੇ ਭਰਾ ਨਾਲ ਹੱਥ ਪਾਈ ਹੋਣ ਲੱਗ ਪਈ ਜੀ ਪੁਲਿਸ ਵਾਲੇ ਆਏ ਫਿਰ ਇਹਨਾਂ ਨੇ ਮੈਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਪੁਲਿਸ ਵਾਲੇ ਮੈਨੂੰ ਕਹਿੰਦੇ ਤੂੰ ਨਸ਼ੇ ਕਰਦਾ ਵਾ ਤੂੰ ਨਸ਼ੇੜੀ ਆ ਉਹਨਾਂ ਨੇ ਪੁਲਿਸ ਵਾਲੇ ਮੈਨੂੰ ਤਾਂ ਮੋਟਰਸਾਈਕਲ ਦੇ ਵਿੱਚ ਇੱਕ ਨਸ਼ੇੜੀ ਕਹਿ ਕੇ ਮੈਨੂੰ ਥਾਣੇ ਲੈ ਗਏ ਮੈਨੂੰ ਸਾਰੀ ਰਾਤ ਥਾਣੇ ਦੇ ਵਿੱਚ ਬਸਤੀ ਥਾਣੇ ਲੈ ਕੇ ਗਏ ਜੀ ਬਸਤੀ ਥਾਣੇ ਮੈਨੂੰ ਬਿਨਾਂ ਕਸੂਰ ਤੋਂ ਮੈਨੂੰ ਸਾਰੀ ਰਾਤ ਥਾਣੇ ਦੇ ਵਿੱਚ ਰੱਖਿਆ ਗਿਆ ਜੀ ਮੈਨੂੰ ਕਹਿੰਦੇ ਤੂੰ ਨਸ਼ੇੜੀ ਆ ਜੀ ਨਸ਼ੇੜੀ ਆ ਚਲੋ ਜੀ ਮੈਨੂੰ ਕੱਲ੍ਹ ਮੇਰੇ ਅਗਲੇ ਦਿਨ ਮੇਰੇ ਫਰੈਂਡ ਸਰਕਲ ਆਇਆ ਮੈਨੂੰ ਮੇਰੇ ਫਾਦਰ ਸਾਹਿਬ ਆਏ ਔਰ ਮੈਨੂੰ ਲੈ ਕੇ ਗਏ ਮੈਂ ਫਿਰ ਸਿੱਧਾ ਆਪਣਾ ਮੈਡੀਕਲ ਕਰਾਇਆ ਜਿਹੜੀ ਉਹਨਾਂ ਨੇ ਮੇਰੇ ਨਾਲ ਮਾਰਕੁੱਟ ਕੀਤੀ ਸੀ ਮੈਂ ਉਹ ਮੈਡੀਕਲ ਲੈ ਕੇ ਇੱਕ ਕਮਿਸ਼ਨਰ ਸਾਹਿਬ ਕੋਲ ਆਪਣੀ ਦਰਖਾਸਤ ਦਿੱਤੀ ਅਤੇ ਦੂਜੀ ਮੈਂ ਬਸਤੀ ਥਾਣੇ ਦਿੱਤੀ 3 ਮਹੀਨੇ ਮੈਨੂੰ ਇੱਦੀ ਮੈਨੂੰ ਹਰਾਸ਼ ਕਰਦੇ ਰਹੇ ਹੁਣ ਮੈਨੂੰ ਤੰਗ ਕਰਦੇ ਨੇ ਹੁਣ ਵੂਮਨ ਸੈੱਲ ਦੇ ਵਿੱਚ ਕੇਸ ਆ ਮੈਂ ਉਹਨਾਂ ਨੂੰ ਸਬੂਤ ਦੇ ਦਿੱਤੇ ਸਾਰੇ ਵੀ ਆਹ ਦੇਖੋ ਜੀ ਪਹਿਲੀ ਗੱਲ ਇਹ ਹੈ ਜੀ ਇਹ ਕੁੜੀ ਦੀ ਪਹਿਲਾਂ ਵੀ ਮੈਰਿਜ ਹੋ ਰੱਖੀ ਹੈ ਜੀ ਠੀਕ ਹੈ ਜੀ ਮੇਰੇ ਨਾਲ ਧੋਖੇ ਨਾਲ ਵਿਆਹ ਕੀਤਾ ਇਹ ਕੁੜੀ ਦੀ ਮੈਰਿਜ ਜਮਾਲਪੁਰ ਹੋਈ ਹੋਈ ਸੀਗੀ ਜੀ ਸਾਨੂੰ ਇਹ ਵੀ ਨਹੀਂ ਦੱਸਿਆ ਵੀ ਇਹ ਕੁੜੀ ਨੇ ਪਹਿਲਾਂ ਵੀ ਮੈਰਿਜ ਹੋਈ ਹੈ ਸਾਨੂੰ ਪਤਾ ਨਹੀਂ ਲੱਗਣਾ ਸੀ ਇਹਦਾ ਪਿਓ ਥਾਣੇ ਦੇ ਵਿੱਚ ਕਹਿੰਦਾ ਅਸੀਂ ਤਾਂ ਪਹਿਲੇ ਵਾਲਿਆਂ ਕੋਲ ਨਹੀਂ ਡਰੇ ਤੇ ਤੁਹਾਡੇ ਕੋਈ ਡਰਦੇ ਤੁਹਾਡੇ ਅੱਗੇ ਬਥੇਰੇ ਤੁਰੇ ਫਿਰਦੇ ਆ ਜਦੋਂ ਉਹਨਾਂ ਨੇ ਇੱਦਾਂ ਕੀਤਾ ਸਾਨੂੰ ਡਾਊਟ ਹੋ ਗਿਆ ਵੀ ਇਹ ਸ਼ਾਇਦ ਇਹਨਾਂ ਦੇ ਕੁਝ ਕੋਈ ਘਪਲਾ ਜਦੋਂ ਅਸੀਂ ਤਹਿ ਤੱਕ ਪਹੁੰਚੇ ਤਾਂ ਇਸ ਮੁੰਡੇ ਦੀ ਸਾਡੇ ਕੋਲ ਸਬੂਤ ਆ ਗਏ ਵੀ ਆਹ ਕੁੜੀ ਦੇਖੋ ਜੀ ਕੋਰਟ ਮੈਰਿਜ ਕਰਾਈ ਹੋਈ ਹੈ ਉਸ ਕੁੜੀ ਨੇ ਧੋਖੇ ਨਾਲ ਸਾਡੇ ਨਾਲ ਵਿਆਹ ਕਰਤਾ ਸਾਨੂੰ ਦੱਸਿਆ ਵੀ ਨਹੀਂ ਜੀ ਮਤਲਬ ਇਹਨਾਂ ਇਸ ਪਰਿਵਾਰ ਦਾ ਹੈ ਹੀ ਕੰਮ ਹੈ ਵੀ ਫਰੋਡ ਕਰਦੇ ਨੇ ਜੀ ਮੈਂ ਤਾਂ ਹੁਣ ਇਹੀ ਕਹਿੰਦਾ ਵੀ ਮੈਂ ਇਨਸਾਫ ਜਾਣਾ ਵਾ ਵੀ ਹੁਣ ਮੇਰੀ ਜਿੱਦਾਂ ਜ਼ਿੰਦਗੀ ਖਰਾਬ ਪਹਿਲਾਂ ਮੁੰਡੇ ਦੀ ਜ਼ਿੰਦਗੀ ਖਰਾਬ ਹੋਈ ਦੂਸਰੇ ਨੰਬਰ 'ਤੇ ਹੁਣ ਮੇਰੀ ਜ਼ਿੰਦਗੀ ਮੈਂ ਇਹ ਕਹਿੰਦਾ ਵੀ ਕੋਈ ਤੀਜਾ ਬੱਕਰੀ ਦਾ ਬਲਾ ਇਹਨਾਂ ਇਸ ਔਰਤ ਕਰਕੇ ਕੋਈ ਵੀ ਹੋਰ ਮੁੰਡਾ ਨਾ ਫਸੇ ਕਿਸੇ ਦੀ ਜ਼ਿੰਦਗੀ ਹੋਰ ਨਾ ਖਰਾਬ ਹੋਵੇ ਹੁਣ ਮੈਂ ਇਹ ਕਹਿੰਦਾ ਵਾ ਵੀ ਪਹਿਲਾਂ ਜਿੱਦਾਂ ਇੱਕ ਮੁੰਡਾ ਪਹਿਲਾਂ ਉਹ ਫਸਿਆ ਸੀਗਾ ਜਮਾਲਪੁਰ 'ਚ ਜਿਹੜਾ ਸੀਗਾ ਦੂਜੇ ਨੰਬਰ 'ਤੇ ਨਾ ਹੁਣ ਇਹਨੂੰ ਮੈਨੂੰ ਫਸਾ ਲਿਆ ਹੁਣ ਇਹ ਹੈ ਵੀ ਤੀਜਾ ਫਿਰ ਇੱਕ ਕੋਈ ਹੋਰ ਬੱਕਰਾ ਇਹਨੇ ਲੱਭਿਆ ਹੋਣਾ ਵਾ ਕਿਉਂਕਿ ਇਹਨਾਂ ਦਾ ਕੰਮ ਹੈ ਵੀ ਇਹ ਮੁੰਡਿਆਂ ਨੂੰ ਫਸਾਉਂਦੇ ਨੇ ਅਤੇ ਉਹਨਾਂ ਦੇ ਵਿੱਚ ਨੋਰਮਲ ਫੈਮਿਲੀ ਨੂੰ ਦੇਖ ਕੇ ਉਹਨੂੰ ਹਰਾਸ਼ ਕਰਕੇ ਉੱਥੋਂ ਪੈਸੇ ਠੱਗਦੇ ਨੇ ਇਹ ਮੇਰੇ ਕੋਲ ਵੀ ਹੁਣ ਪੈਸੇ ਦੀ ਉਮੀਦ ਕਰਦੇ ਨੇ ਮੈਨੂੰ ਵੂਮਨ ਸੈੱਲ ਦੇ ਵਿੱਚੋਂ ਮੇਰੇ ਮਾਂ ਪਿਓ ਨੂੰ ਰੋਜ਼ ਬੁਲਾਉਂਦੇ ਨੇ ਵੀ ਆਓ ਜੀ ਆਓ
ਵੀ ਉਹਨਾਂ ਦਾ ਫੈਸਲਾ ਕਰੋ, ਉਹਨਾਂ ਨੂੰ ਜੋ ਬਣਦਾ ਉਹਨਾਂ ਦਾ ਦੇਵੋ। ਧੋਖਾ ਮੇਰੇ ਨਾਲ ਹੋਇਆ ਵਾ, ਮੇਰੇ ਪਰਿਵਾਰ ਨਾਲ ਹੋਇਆ, ਅਸੀਂ ਤਾਂ ਜ਼ਿੰਦਗੀ 'ਚ ਕੋਈ ਖੁਸ਼ੀ ਵੀ ਨਹੀਂ ਦੇਖੀ, ਜਦੋਂ ਦੀ ਆਈ ਸਾਡੀ ਜ਼ਿੰਦਗੀ ਬਰਬਾਦ ਕਰਕੇ ਚੱਲੀ। ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ, ਕੀ ਮੰਗਦੇ ਹੋ? ਅਸੀਂ ਕਮਿਸ਼ਨਰ ਸਾਹਿਬ ਕੋਲ, ਕਮਿਸ਼ਨਰ ਸਾਹਿਬ ਸਾਨੂੰ ਮਿਲੇ ਨਹੀਂ, IPS ਆਫਿਸਰ ਸੀਗੇ, ਅਸੀਂ ਉੱਥੇ ਕੰਪਲੇਂਟ ਆਪਣਾ ਦੇ ਕੇ ਆਏ ਹਾਂ। ਅਸੀਂ ਇਹ ਕਹਿੰਦੇ ਹਾਂ ਵੀ ਇਹਨਾਂ ਦੇ ਉੱਤੇ ਵੱਧ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਕਿ ਇੱਕ ਪਰਿਵਾਰ ਹੋਰ ਇਹਨਾਂ ਦੇ ਮਤਲਬ ਇਹਨਾਂ ਦੇ ਮਤਲਬ ਫਸ ਨਾ ਜਾਵੇ ਇਹਨਾਂ ਦੇ ਕੋਲ ਆ ਕੇ, ਵੀ ਕਿਉਂਕਿ ਇਹਨਾਂ ਦਾ ਕੰਮ ਹੀ ਇਹ ਹੈ ਵੀ ਪਰਿਵਾਰ ਫਸਾਉਣਾ ਵਾ, ਉਹਦੀ ਜ਼ਿੰਦਗੀ ਖਰਾਬ ਕਰਨਾ। ਦੇਖੋ ਮੇਰੀ ਮਾਂ ਦੀ, ਮੇਰੀ ਮਾਂ ਨੂੰ ਧਮਕੀਆਂ ਦਿੰਦੇ, ਮੇਰੇ ਪਿਓ ਨੂੰ, ਮੇਰੇ ਪਿਓ ਨੂੰ ਤਾਂ ਮੈਨੂੰ ਸਾਨੂੰ ਇਹ ਕਹਿੰਦੇ ਸੀਗੇ ਤੁਹਾਨੂੰ ਨਾ ਅਸੀਂ ਇੱਦਾਂ ਦੇ ਕੇਸ 'ਚ ਫਸਾਵਾਂਗੇ ਨਾ, ਤੁਸੀਂ ਯਾਦ ਰੱਖੋਗੇ। 22 ਫਰਵਰੀ ਨੂੰ ਮੈਨੂੰ ਘੇਰਿਆ ਗਿਆ ਜੀ, ਮੈਨੂੰ ਘੇਰਿਆ ਗਿਆ ਉੱਥੇ। ਅਸੀਂ ਇਹ ਮੰਗ ਕਰਦੇ ਵੀ ਇਸ ਪਰਿਵਾਰ ਦੇ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਕਿ ਇੱਕ ਬੰਦਾ ਉਹ ਇੱਕ ਜ਼ਿੰਦਗੀ ਹੋਰ ਖਰਾਬ ਹੋਣ ਤੋਂ ਬਚ ਜਾਵੇ। ਜੀ ਅਸੀਂ ਬੜੇ ਚਾਵਾਂ ਨਾਲ ਕੀਤਾ ਸੀ, ਮੇਰਾ ਇੱਕੋ ਹੀ ਪੁੱਤਰ ਸੀ ਜੀ, ਮੈਂ ਬੜੇ ਪਿਆਰ ਨਾਲ ਉਹਦਾ ਵਿਆਹ ਕੀਤਾ ਸੀ, ਪਰ ਉਹ ਕੋਈ ਉਹਦਾ ਨਹੀਂ ਫਾਇਦਾ ਹੋਇਆ। ਜਿਹੜੀ ਮੇਰੀ ਨੂੰਹ ਆਈ ਸੀ ਨਾ, ਉਹ ਬਹੁਤ ਗਲਤ ਕੁੜੀ ਸੀ, ਉਹ ਰਾਤ ਰਾਤ ਮੁੰਡਿਆਂ ਨਾਲ ਗੱਲਾਂ ਕਰਦੀ ਸੀ ਤੀਸਰੇ ਦਿਨ ਤੋਂ ਬਾਅਦ ਹੀ। ਜੇ ਅਸੀਂ ਉਹਨੂੰ ਮਨਾ ਕਰਦੇ ਸੀ, ਉਹ ਮਨਾ ਨਹੀਂ ਸੀ ਜੀ ਹੁੰਦੀ। ਇਹਨਾਂ ਦੀ ਮੀਆਂ ਬੀਬੀ ਦੀ ਫਿਰ ਆਪਸ ਦੇ ਵਿੱਚ ਲੜਾਈ ਹੁੰਦੀ ਸੀ ਇਸ ਗੱਲ ਪਿੱਛੇ ਵੀ ਤੁਸੀਂ ਗੱਲਾਂ ਕਰਦੇ ਹੋ। ਜਦੋਂ ਮਤਲਬ 5-7 ਦਿਨ ਦਾ, 1 ਮਹੀਨਾ 19 ਦਿਨ ਹੋ ਗਏ, ਇੱਦਾਂ ਹੀ ਕਲੇਸ਼ ਪੈਂਦੇ ਪੈਂਦੇ। ਇੱਕ ਦਿਨ ਉਹਨੇ ਆਪਣੇ ਮਾਂ ਪਿਓ ਸੱਦ ਲਿੱਤੇ ਸਾਡੇ ਘਰ, ਰਾਤ ਨੂੰ ਉੱਥੇ ਮਾਰ ਕਟਾਈ ਹੋਈ। ਮੇਰੇ ਪੁੱਤਰ ਨੂੰ ਰਾਤ ਨੂੰ ਪੁਲਿਸ ਵਾਲੇ ਕੋਲੋਂ ਚੁਕਵਾ ਦਿੱਤਾ ਜੀ, ਇੱਥੇ ਚਲੇ ਗਿਆ ਜਿਹੜਾ ਬਸਤੀ ਥਾਣਾ ਹੈਗਾ, ਉੱਥੇ ਜਾ ਕੇ ਮੇਰੇ ਬੱਚੇ ਨੂੰ ਕਹਿੰਦੇ ਕਿ ਤੁਹਾਡਾ ਬੱਚਾ ਨਾ ਨਸ਼ੇੜੀ ਹੈ, ਮੇਰਾ ਬੱਚਾ ਕੋਈ ਨਸ਼ਾ ਨਹੀਂ ਕਰਦਾ। ਫਿਰ ਵੀ ਪੁਲਿਸ ਵਾਲਿਆਂ ਨੇ ਮੇਰੇ ਕੋਲ 5,000 ਰੁਪਇਆ ਰਾਤ ਨੂੰ ਲੈ ਲਿਆ, ਤੇ ਮਗਰ ਮੇਰੇ ਬੱਚੇ ਨੂੰ ਨਹੀਂ ਸੀ ਛੱਡਿਆ ਉਹਨਾਂ ਨੇ। ਮੈਨੂੰ ਵੀ ਪਤਾ ਲੱਗਿਆ ਜਿਹੜੇ ਤੁਹਾਡੇ ਜਿਹੜੇ ਲੜਕੀ ਦੇ ਮਾਂ-ਬਾਪ ਸੀ ਉਹ ਨਸ਼ਾ ਕਰਦੇ। ਹਾਂਜੀ ਹਾਂਜੀ, ਉਹ ਵੀ ਸ਼ਰਾਬ ਪੀ ਕੇ ਆਉਂਦੀ ਸੀ, ਮਾਂ ਵੀ ਪਿਓ ਵੀ ਭਰਾ ਵੀ ਸਾਨੂੰ ਤੰਗ ਬੜਾ ਕਰਦੇ ਸੀ ਆਣ ਕੇ। ਤੇ ਹੁਣ ਜਿਹੜਾ ਇੱਕ ਮੈਂ ਤੁਹਾਡੇ ਉਹਦੀ, ਹਾਂਜੀ ਮੈਂ ਉਹਨੇ ਦੂਜੀ ਮੈਰਿਜ ਵੀ ਕਰਾਈ ਸੀ ਜੀ, ਪਹਿਲਾ ਵਿਆਹ ਉਹਦਾ ਤਲਾਕ ਨਹੀਂ ਲਿੱਤਾ ਆ ਉਹਨਾਂ ਨੇ। ਰਾਜੂ ਹੈਗਾ ਭੰਡਾਰੇ ਦੇ ਉੱਤੇ ਆਉਂਦਾ, ਅਮਰਨਾਥ ਦਾ ਭੰਡਾਰਾ ਲੱਗਦਾ ਟਿੱਬਾ ਰੋਡ ਦੇ ਸਾਹਮਣੇ, ਉੱਥੇ ਉਹ ਵੀ ਆਉਂਦੇ ਸੀ, ਅਸੀਂ ਵੀ ਜਾਂਦੇ ਸੀ। ਉਹਨਾਂ ਨੇ ਕਹਿ ਕੇ ਰਿਸ਼ਤਾ ਕਰਵਾਇਆ ਸੀ ਜੀ, ਉਹ ਵੀ ਗਏ ਸੀ ਵਿਆਹ 'ਚ। ਤੁਸੀਂ ਉਹਨਾਂ ਨਾਲ ਗੱਲ ਨਹੀਂ ਕੀਤੀ? ਅਸੀਂ ਕੀਤੀ ਸੀ ਉਹਨਾਂ ਨਾਲ ਗੱਲ, ਅਸੀਂ ਫਸ ਗਏ। ਉਹ ਕਹਿੰਦੇ ਠੀਕ ਹੈਗੇ ਕੋਈ ਗੱਲ ਨੀ। ਫਿਰ ਅਸੀਂ ਕਿਹਾ ਫੈਸਲਾ ਕਰਾ ਦੋ ਸਾਡਾ ਵੀ ਅਸੀਂ ਇੰਨੇ ਲੰਬੇ ਚੌੜੇ ਕੰਮ 'ਚ ਨਹੀਂ ਪੈਣਾ। ਫਿਰ ਉਹ ਪੈਸਿਆਂ ਦੀ ਸਾਡੇ ਕੋਲ ਡਿਮਾਂਡ ਕਰਨ ਲੱਗ ਪਏ ਵੀ ਇਹਨਾਂ ਨੂੰ ਪੈਸੇ ਦੇ। ਹੁਣ 3.5 ਲੱਖ ਰੁਪਏ ਦਾ ਗੋਲਡ ਲੈ ਗਈ ਸਾਡਾ ਚੱਕ ਕੇ, 1.5-2 ਲੱਖ ਰੁਪਇਆ ਮੇਰੇ ਅਲਮਾਰੀ ਵਿੱਚ ਪਿਆ ਸੀ ਉਹ ਵੀ ਲੈ ਗਈ ਹੈ, ਕੱਪੜਾ ਵੀ ਲੈ ਗਈ ਹੈ, ਸਾਰਾ ਸਮਾਨ ਲੈ ਗਈ ਜੀ। ਉਹ ਇੱਦਾਂ ਲੈ ਗਈ, ਰਾਤ ਨੂੰ ਕਲੇਸ਼ ਪੈ ਗਿਆ, ਅਸੀਂ ਬਾਹਰ ਨਿਕਲ ਗਏ ਸਾਰਾ ਪਰਿਵਾਰ, ਮੇਰੇ ਮੁੰਡੇ ਨੂੰ ਪੁਲਿਸ ਲੈ ਗਈ, ਮੇਰੀ ਕੁੜੀ ਲੋਕਾਂ ਦੇ ਘਰਾਂ ਦੇ ਵਿੱਚ ਲੁਕਦੀ ਫਿਰੇ, ਅਸੀਂ ਦੋਨੋਂ ਮੀਆਂ ਬੀਬੀ ਪੁਲਿਸ ਚੌਂਕੀ ਠਹਿਰ ਗਏ, ਸਾਡੇ ਘਰ ਆਈ, ਸਾਡੇ ਤਾਲੇ ਖੁੱਲ੍ਹੇ ਸੀ, ਸਾਰਾ ਸਮਾਨ ਚੱਕ ਕੇ ਲੈ ਗਈ। ਇਹ ਸਾਡੇ ਗਲੀ ਵਾਲੇ ਨੂੰ ਵੀ ਪਤਾ ਹੈ ਕਿ ਸਾਡੀ ਬੱਚੀ ਲੋਕਾਂ ਦੇ ਘਰ ਘਰ ਲੁਕਦੀ ਫਿਰਦੀ ਸੀ, ਦਰਵਾਜ਼ਿਆਂ ਦੇ ਵਿੱਚ ਲੁਕਦੀ ਫਿਰਦੀ, ਗਲੀ ਵਾਲੇ ਵੀ ਕੌਣ ਕਿਸੇ ਨੂੰ ਅੰਦਰ ਵੜਦਾ ਜੀ। ਤੇ ਹੁਣ ਤੁਸੀਂ ਅੱਜ ਸੀਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈ? ਹਾਂਜੀ, ਅਸੀਂ ਇਨਸਾਫ ਮੰਗਦੇ ਹਾਂ ਜੀ, ਇੱਦਾਂ ਦੀ ਕੁੜੀ ਕਿਸੇ ਦੇ ਘਰ ਨਾ ਆਵੇ ਜਿੱਦਾਂ ਸਾਡੇ ਘਰ ਆਈ ਸੀ। ਸਾਨੂੰ ਬੜਾ ਦੁੱਖ ਲੱਗਾ ਜੀ ਉਸ ਵੇਲੇ ਜਦ ਮੇਰੇ ਪੁੱਤਰ ਦੀ ਜ਼ਿੰਦਗੀ ਖਰਾਬ ਆ ਗਈ, ਉਹ ਸਭ ਤੋਂ ਜ਼ਿਆਦਾ ਦੁੱਖ ਲੱਗਾ ਵਾ। ਮੇਰੇ ਪੁੱਤਰ ਨੂੰ ਲੋਕੀ ਪਾਗਲ ਕਹਿ ਕੇ ਪੁਲਿਸ ਵਾਲੇ ਦੱਸਦੇ ਆ ਕਿ ਇਹ ਨਸ਼ੇੜੀ ਹੈ ਜੀ। ਹਾਂਜੀ, ਸਾਨੂੰ ਇਨਸਾਫ ਚਾਹੀਦਾ, ਇਹਨੂੰ ਸਜ਼ਾ ਮਿਲੇ ਕੋਈ ਨਾ ਕੋਈ। ਇਸ ਕੁੜੀ ਨੂੰ ਏਦਾਂ ਤਾਂ ਸਾਰਿਆਂ ਨੇ ਘਰ ਬਰਬਾਦ ਕਰੇਗੀ, 2 ਕਰ ਦਿੱਤੇ, ਤੀਸਰਾ ਹੋਰ ਕਰੇਗੀ। ਰੋਂਦੇ ਆਓਗੇ ਤੇ ਹੱਸਦੇ ਜਾਓਗੇ, ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਗੁਰੂ ਰਾਜਾ ਸਾਈਂ ਜੀ, 99-150-150, ਪਤਾ ਲੁਧਿਆਣਾ, ਗੈਟ ਯੂ ਐਕਸ ਲਵ ਬੈਕ ਇਨ ਯੂਰ ਲਾਈਫ, 100% ਗਰੰਟੀ ਨਾਲ ਪਾਓ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਪਿਆਰ 'ਚ ਧੋਖਾ, ਖੋਇਆ ਹੋਇਆ ਪਿਆਰ ਵਾਪਸ ਪਾਉਣਾ, ਲਵ ਮੈਰਿਜ 'ਚ ਰੁਕਾਵਟ, ਪ੍ਰੇਮੀ ਪ੍ਰੇਮਿਕਾ 'ਚ ਝਗੜਾ, ਤਲਾਕ ਕੇਸ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ 'ਚ ਪੱਕਾ ਹੋਣਾ, ਇਮੀਗ੍ਰੇਸ਼ਨ ਮਸਲੇ, ਜਾਂ ਤੋਂ ਟੋਣੇ ਦਾ ਜੜ ਤੋਂ ਖਾਤਮਾ, ਮੋਨੀ ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਆਪਣੇ ਵਾਸ 'ਚ ਕਰੋ, ਲਾਟਰੀ ਨੰਬਰ ਪਾਓ ਲੋਟੋ ਮੈਕਸ ਜਾਂ ਮੈਗਾ ਮਿਲੀਅਨ, ਹਰ ਜਗ੍ਹਾ ਤੋਂ ਨਿਰਾਸ਼ ਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੋਬਾਈਲ ਨੰਬਰ 99-150-150।